ਚੌਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ 10 ਮਈ ਤੋਂ ਪੰਜਾਬ ਸਰਕਾਰ ਅਨੁਸਾਰ ਕਿਸਾਨ ਪਨੀਰੀ ਵੀ ਸਕਦੇ ਆ ਤੇ 10 ਜੂਨ ਤੋਂ ਖੇਤਾਂ ਦੇ ਵਿੱਚ ਝੋਨਾ ਲਾ ਸਕਦੇ ਆ ਸਾਰਿਆਂ ਨੂੰ ਪਤਾ ਹੈ ਕਿ ਕੋਵਿਡ-19 ਦੇ ਕਰਕੇ ਇਸ ਵਾਰ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਉਹਨਾਂ ਦੀ ਘਾਟ ਹੋਏਗੀ ਜਿਹਦੇ ਕਰਕੇ ਖੇਤਾਂ ਦੇ ਵਿੱਚ ਲੇਬਰ ਦੀ ਦਿੱਕਤ ਆਊਗੀ ਹਰ ਇੱਕ ਪਿੰਡ ਹਰ ਇੱਕ ਪੰਚਾਇਤ ਇੱਕ ਤਿੰਨ ਤਰੀਕੇ ਦੇ ਮਤੇ ਜੇਕਰ ਉਹ ਪਾਉਂਦੇ ਐ ਜੇ ਤਿੰਨ ਤਰੀਕੇ ਦੇ ਨਾਲ ਕੰਮ ਕਰਦੇ ਐ ਤਾਂ ਆਪਾਂ ਇਸ ਘਾਟ ਨੂੰ ਦੂਰ ਕਰ ਸਕਦੇ ਆ ਇਸ ਵੀਡੀਓ ਦੇ ਵਿੱਚ ਆਪਾਂ ਇਸ ਸੰਬੰਧੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇ ਆਪਣੇ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਤੇ ਨਵੇਂ ਤੋਂ ਲਾਲ ਬਟਨ ਆਪਕੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ Facebook ਤੇ ਉਹਨਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜੁਆਇਨ ਕਰ ਸਕਦੇ ਹੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜਾ ਸਾਡੇ ਦਿਮਾਗ ਦੇ ਵਿੱਚ ਡਰ ਹੈ ਉਹ ਬਾਹਰ ਕੱਢ ਦਿਓ ਕਿਉਂਕਿ ਇਸ ਸਾਲ ਬਹੁਤ ਸਾਰੇ ਏਰੀਏ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋ ਰਹੀ ਹੈ ਜਿਹਦੇ ਕਰਕੇ ਜਿੰਨੀ ਕੁ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਰੜਕੇਗੀ ਉਹਨਾਂ ਕੇ ਏਰੀਆ ਸਿੱਧੀ ਬਿਜਾਈ ਦੇ ਵਿੱਚ ਵੀ ਆ ਜਾਏਗਾ ਦਿੱਕਤ ਮੇਰੇ ਖਿਆਲ ਚ ਲੇਬਰ ਦੀ ਘਾਟ ਹੈ ਜਿਆਦਾ ਦਿੱਕਤ ਇਸ ਚੀਜ਼ ਦੀ ਹੈ ਕਿ ਜਿਹੜੀ ਪੰਜਾਬੀ ਲੇਬਰ ਸਾਡੀ ਇੱਥੇ ਕੰਮ ਕਰਦੀ ਹੈ ਉਹਨਾਂ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਜੋ ਚੋਣੇ ਦੀ ਲਵਾਈ ਪਿਛਲੇ ਸਾਲ ਲਗਭਗ 3 ਕੋ ਹਜ਼ਾਰ ਦੇ ਲਗਭਗ ਸੀਗੀ ਉਸ ਲਵਾਈ ਨੂੰ ਵਧਾ ਕੇ 8 ਤੋਂ 10 ਹਜ਼ਾਰ ਰੁਪਏ ਤੱਕ ਉਹ ਮੰਗ ਰਿਹਾ ਹੈ ਜਿਵੇਂ ਕਿ ਕੱਲ ਹੀ ਇੱਕ ਕਿਸਾਨ ਦਾ ਮੈਨੂੰ ਫੋਨ ਆਇਆ ਤਾਂ ਉਹ ਕਿਸਾਨ ਇਹ ਕਹਿ ਰਿਹਾ ਸੀਗਾ ਕਿ ਯਾਰ ਚੌਣਾ ਦੀ ਸਿੱਧੀ ਬਜਾਈ ਕਰਨੀ ਹੈ ਕਾਰਨ ਪੁੱਛਿਆ ਤਾਂ ਉਹ ਕਹਿੰਦਾ ਕਿ ਮੈਂ ਕਿਸੇ ਲੇਬਰ ਮਜ਼ਦੂਰ ਦੇ ਨਾਲ ਗੱਲ ਕੀਤੀ ਮਜ਼ਦੂਰ ਕਹਿੰਦਾ ਜੀ 8000 ਰੁਪਿਆ ਕਿੱਲੇ ਦੀ ਲਵਾਈ ਲਵਾਂਗਾ ਜੇ ਰੇਟ ਘਟ ਗਿਆ ਤਾਂ ਮੈਂ ਨਹੀਂ ਘਟਾਉਣਾ ਮੈਂ 8000 ਹੀ ਲਵਾਂਗਾ ਸਾਈ ਦੇ ਜਾ ਜੇ ਰੇਟ ਵੱਧ ਗਿਆ ਤਾਂ ਤੈਨੂੰ ਵੱਧ ਦੇਣਾ ਪਊਗਾ ਤਾਂ ਫੇ ਸਾਈ ਕਿਸ ਚੀਜ਼ ਦੀ ਸਾਈ ਇਸ ਚੀਜ਼ ਦੀ ਕਿ ਵੀ ਚੌਣਾ ਤੇਰਾ ਹੀ ਲਾਊਗਾ ਹੋਰ ਕਿਸੇ ਦਾ ਨਹੀਂ ਲਾਉਂਦਾ ਤਾਂ ਪਹਿਲ ਤੇਰੀ ਹੋਊਗੀ ਤਾਂ ਇਸ ਤਰੀਕੇ ਦੇ ਹਾਲਾਤ ਜਿਹੜੇ ਹੈਗੇ ਆ ਉਹ ਜਿਹੜੇ ਬਣ ਰਹੇ ਆ ਉਹਦੇ ਕਰਕੇ ਇੱਕ ਵੱਡਾ ਚਿਹਰ ਫੇਰ ਹੋਰ ਆ ਰਿਹਾ ਕਿ ਬਹੁਤ ਸਾਰੇ ਕਿਸਾਨਾਂ ਦੇ ਫੋਨ ਆਉਂਦੇ ਆ ਕਿ ਜੀ ਮੈਂ ਪਹਿਲੀ ਵਾਰੀ ਖੇਤੀ ਕਰਨ ਲੱਗਿਆ ਕਿਉਂ ਕਰਨ ਲੱਗਿਆ ਕਿ ਮੈਨੂੰ ਜਿਹੜਾ ਹੈਗਾ 12 ਸਾਲ 15 ਸਾਲ ਹੋ ਗਏ ਕਿ ਜ਼ਮੀਨ ਠੇਕੇ ਤੇ ਹੁੰਦੀ ਸੀ ਅੱਜ ਸਾਲ ਠੇਕੇ ਵਾਲਾ ਭੱਜ ਗਿਆ ਸਾਈ ਛੱਡ ਕੇ ਭੱਜ ਗਿਆ ਤੇ ਇਸ ਕਰਕੇ ਵਾਈ ਖੁਦ ਨੂੰ ਕਰਨੀ ਪੈ ਰਹੀ ਹੈ ਤਾਂ ਐਸ ਹਸਾਬ ਦੇ ਨਾਲ ਤਾਣਾ ਬਾਣਾ ਸਾਰਾ ਵਿਗੜ ਜਾਣਾ ਹੈ ਜੇ ਅਸੀਂ ਇਸ ਤਰੀਕੇ ਦੇ ਨਾਲ ਆਪ ਮਾਰੇ ਹੋ ਕੇ ਘੁੰਮਦੇ ਰਹੀ ਤੇ ਮੈਂ ਮਜ਼ਦੂਰਾਂ ਨੂੰ ਵੀ ਇੱਕ ਗੱਲ ਦੱਸ ਦੇਣਾ ਚਾਹਣਾ ਹੈ ਕਿ ਜੇ ਕਿਸਾਨਾਂ ਨੇ ਇਸ ਸਾਲ ਮਿਹਨਤ ਕਰਕੇ ਇਹਨਾਂ ਦੇ ਰਾਸ ਆ ਗਈ ਝੋਨੇ ਦੀ ਸਿੱਧੀ ਬਜਾਈ ਤਾਂ ਮਜ਼ਦੂਰਾਂ ਦੇ ਲਈ ਝੋਨੇ ਦੀ ਲਵਾਈ ਖਾਸ ਕਰਕੇ ਝੋਨੇ ਦੇ ਏਰੀਏ ਦੇ ਵਿੱਚ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਮਜ਼ਦੂਰ ਵਰਗ ਆਪਣਾ ਵਿਆਹ ਆਪਣੇ ਕੋਈ ਵੱਡੇ ਕੰਮ ਕੋਈ ਵੀ ਉਹਨੇ ਜੋ ਮੇਨ ਉਹਦਾ ਟਾਰਗੇਟ ਹੁੰਦਾ ਸਾਲ ਦੇ ਵਿੱਚ ਕਿ ਮੈਂ ਆਹ ਕੰਮ ਕਰਨਾ ਉਹ ਝੋਨੇ ਦੇ ਸੀਜ਼ਨ ਨੂੰ ਲੈ ਕੇ ਰੱਖੀ ਕਰਦਾ ਹੈ ਤੇ ਜੇ ਅਸੀਂ ਲੋਵਾਈ ਜਿਆਦਾ ਮੰਗ ਲਈ ਕਿਸਾਨ ਸਿੱਧੀ ਬਜਾਈ ਵਾਲੇ ਪਾਸੇ ਸਾਰੇ ਪੈ ਗਏ ਤਾਂ ਇਹ ਦਿੱਕਤ ਆਊਗੀ ਤਾਂ ਸਾਨੂੰ ਇਹ ਕੀ ਕੰਮ ਕਰਨਾ ਚਾਹੀਦਾ ਹੈ ਪਹਿਲਾ ਕੰਮ ਤਾਂ ਇਹ ਹੈਗਾ ਕਿ ਹਰ ਪਿੰਡ ਦੇ ਵਿੱਚ ਮਨਰੇਗਾ ਦੇ ਮਜ਼ਦੂਰ ਰਜਿਸਟਰਡ ਹੈ ਪਿੰਡ ਦੀ ਪੰਚਾਇਤ ਨੂੰ ਕਹਿ ਕੇ ਦੇਖੋ ਆਮ ਇਜਲਾਸ ਤਾਂ ਹੁਣ ਬੁਲਾਇਆ ਨਹੀਂ ਜਾ ਸਕਦਾ ਲੇਕਿਨ ਪੰਚਾਇਤ ਤੇ ਮਤਾ ਜ਼ਰੂਰ ਪਾ ਸਕਦੀ ਹੈ ਕਿ ਜਿਹੜੀ ਮਨਰੇਗਾ ਦੇ ਮਜ਼ਦੂਰ ਹੈ ਉਹਨਾਂ ਤੋਂ ਝੋਨੇ ਦੀ ਲਵਾਈ ਦਾ ਖੇਤ ਦੇ ਵਿੱਚ ਲੇਬਰ ਦਾ ਕੰਮ ਲਿਆ ਜਾਵੇ ਤਾਂ ਇਹਦੇ ਸੰਬੰਧੀ ਪੰਚਾਇਤਾਂ ਮਥੇ ਪਾ ਕੇ ਸੰਬੰਧਿਤ ਬੀਡੀਪੀਓ ਸੰਬੰਧਿਤ ਐਸਡੀਐਮ ਅਤੇ ਸੰਬੰਧਿਤ ਡੀਸੀ ਆਫਿਸ ਜਿਹੜਾ ਹੈਗਾ ਭੇਜਣ ਤਾਂ ਕਿ ਇਸ ਲੇਬਰ ਨੂੰ ਵਰਤ ਕੇ ਝੋਨੇ ਦੀ ਲਵਾਈ ਦਾ ਕੰਮ ਕਰਵਾਇਆ ਜਾਵੇ ਕਿਉਂਕਿ ਪੰਜਾਬ ਸਰਕਾਰ ਖੁਦ ਮੰਨਦੀ ਹੈ ਕਿ ਲੇਬਰ ਦੀ ਘਾਟ ਹੋਏਗੀ ਕਾਫੀ ਹੱਦ ਤੱਕ ਤੁਹਾਡਾ ਇਹਦੇ ਵਿੱਚ ਹੱਲ ਨਿਕਲ ਆਏਗਾ ਦੂਸਰੀ ਗੱਲ ਜਿਹੜੇ ਠੇਕੇ ਐ ਕਿਉਂਕਿ ਪਹਿਲਾਂ ਕਈ ਵੀਰਾਂ ਨੇ ਗਲਤੀ ਕਰਕੇ ਪਿਛਲੇ ਸਾਲਾਂ ਦੀ ਤਰ੍ਹਾਂ ਐਕਤਰੀ ਵੀ 5 5 10 10000 ਰੁਪਇਆ ਠੇਕਾ ਵਧਾ ਦਿੱਤਾ ਤਾਂ ਪੰਚਾਇਤ ਪੱਧਰ ਤੇ ਇਹ ਮਤੇ ਪਾਉਣੇ ਚਾਹੀਦੇ ਹੈ ਕਿ ਜਿਹੜਾ ਪਿਛਲੇ ਸਾਲ ਦਾ ਠੇਕਾ ਸੀਗਾ ਜਿਹੜਾ ਐਕਤਰੀ ਠੇਕਾ ਵਧਾਇਆ ਇਹ ਵਾਪਿਸ ਕਰਵਾਓ ਵਾਪਿਸ ਅਸਲੀ ਕਹਿ ਰਿਹਾ ਹਾਂ ਕਿਉਂਕਿ ਵਧੇ ਹੋਏ ਠੇਕੇ ਕਰਕੇ ਤੇ ਅਗਲੇ ਪਾਸੇ ਬਿਮਾਰੀ ਕਰਕੇ ਜੋ ਅਨਿਸ਼ਚਿਤਤਾ ਫੈਲੀ ਹੋਈ ਹੈ ਉਹਦੇ ਕਰਕੇ ਜ਼ਮੀਨਾ ਛੱਡਣ ਦੇ ਨਾਲੋਂ ਚੰਗੀ ਗੱਲ ਹੈ ਕਿ ਅਸੀਂ ਪੰਚਾਇਤ ਲੈਵਲ ਤੇ ਮਤਾ ਪਵਾਈਏ ਕਿ ਠੇਕਾ ਜਿਹੜਾ ਹੈਗਾ ਪਿਛਲੇ ਸਾਲ ਵਾਲੇ ਠੇਕੇ ਤੇ ਜਾਵੇ ਤੇ ਉਸ ਦੇ ਵਿੱਚੋਂ ਜਿੰਨੇ ਕੋ ਸਾਡੇ ਹੁਣ ਖਰਚੇ ਵੱਧ ਹੋ ਰਹੇ ਆ ਉਹਨਾਂ ਪੈਸਾ ਪਿਛਲੇ ਸਾਲ ਦੇ ਠੇਕੇ 'ਚੋਂ ਵੀ ਘਟਾਇਆ ਜਾਵੇ ਇਹ ਪਿੰਡ ਪੱਧਰ ਤੇ ਹਰ ਇੱਕ ਪੰਚਾਇਤ ਹਰ ਇੱਕ ਪੰਚਾਇਤ ਦੇ ਵਿੱਚ ਇਹ ਮਤੇ ਪਾ ਕੇ ਇਹ ਸਬੰਧਿਤ ਐਸਡੀਐਮ ਅਤੇ ਬੀਡੀਪੀਓ ਦਫ਼ਤਰ ਦੇ ਵਿੱਚ ਜਾਣੇ ਚਾਹੀਦੇ ਐ ਤਾਂ ਕਿ ਜਿਸ ਵੀ ਵਿਅਕਤੀ ਨੇ ਜ਼ਮੀਨ ਠੇਕੇ ਦੇ ਦਿੱਤੀ ਐ ਉਹਨੂੰ ਵੀ ਇਹ ਨਾ ਰਵੇ ਕਿ ਮੈਂ ਇਕੱਲਾ ਕਿਉਂ ਘਟਾਵਾਂ ਸਾਰੇ ਹੀ ਘਟਾਉਣਗੇ ਤਾਂ ਇਹਦੇ ਨਾਲ ਕਿਸਾਨ ਨੂੰ ਬਚਾਇਆ ਜਾ ਸਕਦਾ ਹੈ ਤੀਸਰੀ ਦਿੱਕਤ ਐ ਸਭ ਤੋਂ ਵੱਡੀ ਦਿੱਕਤ ਐ ਕਿ ਜਿਹੜੀ ਲੇਬਰ ਦੀ ਹੁਣ ਹੋਇਆ ਕੀ ਐ ਕਿ ਹਰ ਪਿੰਡ ਦੇ ਵਿੱਚ ਇੱਕ ਕਿਸਾਨ ਦੇ ਨਾਲ 2-4 ਮਜ਼ਦੂਰਾਂ ਦੇ ਘਰ ਪੱਕੇ ਜੁੜੇ ਹੁੰਦੇ ਐ ਤੇ ਦੋਵੇਂ ਘਰਾਂ ਦੀ ਜਿਹੜਾ ਹੈਗਾ ਇੱਥੋਂ ਤੱਕ ਕਿ ਮੈਂ ਕਹਿ ਸਕਦਾ ਕਿ ਰੋਟੀ ਬੁਰਕੀ ਸਾਂਝੀ ਹੁੰਦੀ ਐ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਉਹ ਖੜਦੇ ਐ ਦੋਵਾਂ ਦੇ ਵਿੱਚ ਕੋਈ ਕਨਫਲੈਕਟ ਨਹੀਂ ਹੁੰਦਾ ਪਰੰਤੂ ਕੁਝ ਸ਼ਰਾਰਤੀ ਅੰਸਰ ਇਸ ਸਮੇਂ ਦਾ ਇਸ ਸਥਿਤੀ ਦਾ ਲਾਹਾ ਲੈਣ ਵਾਸਤੇ ਦੂਸਰਿਆਂ ਨੂੰ ਇਹ ਭੜਕਾ ਰਹੇ ਆ ਕਿ ਆਪਾਂ ਐਸਾ ਰੇਟ ਚੱਕ ਕੇ 8000 ਕਰ ਦਈਏ 10000 ਕਰ ਦਈਏ ਕਿਉਂਕਿ ਇਹ ਤਰੀ ਲੇਬਰ ਦੀ ਘਾਟ ਹੈ ਤਾਂ ਉਹਨਾਂ ਵਿਅਕਤੀਆਂ ਦੇ ਉੱਪਰ ਸ਼ਰਾਰਤੀ ਵਿਅਕਤੀਆਂ ਦੇ ਉੱਪਰ ਨੱਥ ਪਾਉਣ ਦਾ ਕੰਮ ਵੀ ਪੰਚਾਇਤ ਪੱਧਰ ਤੇ ਹੀ ਕਰਨਾ ਪਊਗਾ ਜੋ ਪਿਛਲੇ ਸਾਲ ਦੀ ਝੋਨੇ ਦੀ ਲਵਾਈ ਸੀ ਆਪਾਂ ਜਾਣਦੇ ਹਾਂ ਕਿ ਹਰ ਸਾਲ ਲਵਾਈ ਦੇ ਵਿੱਚ ਇੱਕ ਜੈਨੂਨ ਵਾਅਦਾ ਹੁੰਦਾ ਹੈ ਜੇ ਪਿਛਲੇ ਸਾਲ 2500 ਸੀ ਤੌਰ ਤੋਂ ਕੁਝ ਵਧਾਈ ਗਈ 3000 ਸੀ 3000 ਤੋਂ ਹਰ ਸਾਲ ਅੱਗੇ ਕੁਝ ਨਾ ਕੁਝ ਵਧਾਇਆ ਜਾਂਦਾ ਹੈ ਤਾਂ ਉਹ ਜੈਨੂਨ ਵਾਅਦਾ ਕਰਨਾ ਜ਼ਰੂਰੀ ਹੈ ਤੇ ਉਹ ਵਾਅਦਾ ਕਰਕੇ ਪੰਚਾਇਤ ਨੂੰ ਪੰਚਾਇਤ ਪੱਧਰ ਤੇ ਇਹ ਮਤੇ ਪਾਉਣੇ ਚਾਹੀਦੇ ਹੈ ਕਿ ਜੋ ਵੀ ਕੋਈ ਕਿਸਾਨ ਇਸ ਤੋਂ ਵੱਧ ਲਵਾਈ ਦੇਵੇਗਾ ਜਾਂ ਮਜ਼ਦੂਰ ਲਵੇਗਾ ਉਸ ਦੇ ਉੱਪਰ ਪੰਚਾਇਤ ਪੱਧਰ ਤੇ ਕਾਰਵਾਈ ਕਰਨ ਦਾ ਮਤਾ ਹੋਣਾ ਚਾਹੀਦਾ ਹੈ ਕਿਉਂ ਹੋਣਾ ਚਾਹੀਦਾ ਕਿਉਂਕਿ ਕੁਝ ਛਰਾਰਤੀ ਵਿਅਕਤੀ ਕਿਸਾਨ ਅਤੇ ਮਜ਼ਦੂਰ ਦੇ ਵਿੱਚ ਕਾਲਰਲਾ ਰਿਸ਼ਤਾ ਖਰਾਬ ਕਰਨਾ ਚਾਹੁੰਦੇ ਐ ਨਾ ਤਾਂ ਕਿਸਾਨ ਮਜ਼ਦੂਰ ਬਿਨਾ ਬਚ ਸਕਦਾ ਤੇ ਨਾ ਹੀ ਮਜ਼ਦੂਰ ਕਿਸਾਨ ਬਿਨਾ ਬਚ ਸਕਦਾ ਦੋਵੇਂ ਇੱਕ ਦੂਜੇ ਦੇ ਨਾਲ ਨੌ ਮਾਸ ਦਾ ਰਿਸ਼ਤਾ ਹੈ ਪਰੰਤੂ ਕੁਝ ਛਰਾਰਤੀ ਕਿਸਾਨ ਤੇ ਕੁਝ ਛਰਾਰਤੀ ਮਜ਼ਦੂਰ ਇਹ ਦੋਨੋਂ ਇਸ ਰਿਸ਼ਤੇ ਨੂੰ ਖਰਾਬ ਕਰਕੇ ਆਪਣਾ ਨਜ਼ਾਰਾ ਵਿੱਚੋਂ ਲੈਣਾ ਚਾਹੁੰਦੇ ਐ ਕਿ ਇਹਨਾਂ ਨੂੰ ਖਰਾਬ ਕੀਤਾ ਜਾਵੇ ਤਾ ਉਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਪੰਚਾਇਤ ਪੱਧਰ ਤੇ ਝੋਨੇ ਦੀ ਲਵਾਈ ਤੇ ਬਾਕੀ ਚੀਜ਼ਾਂ ਸੰਬੰਧੀ ਜਿਹੜਾ ਹੈਗਾ ਮਤੇ ਪੈਣੇ ਚਾਹੀਦੇ ਐ ਤਾਂ ਕਿ ਦੋਵਾਂ ਧਿਰਾਂ ਦਾ ਨੁਕਸਾਨ ਨਾ ਹੋਵੇ ਦੋਵਾਂ ਨੂੰ ਹੀ ਜੈਨੂਨ ਚੀਜ਼ ਮਿਲੇ ਬਾਕੀ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹਣਾ ਕਿ ਦੇਸ਼ ਦੇ ਵਿੱਚ ਇਸ ਸਮੇਂ ਪੰਡੈਮਿਕ ਐਕਟ ਲੱਗਿਆ ਹੋਇਆ ਹੈ ਪੰਡੈਮਿਕ ਐਕਟ ਦੇ ਵਿੱਚ ਇੱਕ ਚੀਜ਼ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਰਵਿਸ ਦਾ ਜਾਂ ਕਿਸੇ ਵੀ ਪ੍ਰੋਡਕਟ ਦਾ ਕਿਸੇ ਵੀ ਸਮਾਨ ਦਾ ਵੱਧ ਰੇਟ ਵਸੂਲ ਨਹੀਂ ਕਰ ਸਕਦਾ ਤਾਂ ਝੋਣੇ ਦੀ ਲਵਾਈ ਇੱਕ ਤਰੀਕੇ ਦੀ ਸਰਵਿਸ ਹੈ ਤਾਂ ਇਸ ਸਰਵਿਸ ਦਾ ਜੋ ਜੈਨੂਨ ਰੇਟ ਹੈਗਾ ਉਹ ਜ਼ਰੂਰ ਦੇਣਾ ਚਾਹੀਦਾ ਪਰੰਤੂ ਉਸ ਰੇਟ ਤੋਂ ਵੱਧ ਰੇਟ ਮੰਗਣਾ ਇੱਕ ਤਰੀਕੇ ਦਾ ਕਾਨੂੰਨਨ ਅਪਰਾਧ ਵੀ ਹੈ ਕਈ ਵੀਰਾਂ ਨੇ ਪਿਛਲੇ ਸਮੇਂ ਇਹ ਤੋੜੀ ਦੇ ਸੀਜ਼ਨ ਦੇ ਵਿੱਚ ਰੌਲਾ ਪਾਇਆ ਲੇਕਿਨ ਸੂਝਵਾਨ ਮਜ਼ਦੂਰਾਂ ਨੇ ਸੂਝਵਾਨ ਉਹਨਾਂ ਦੇ ਨੇਤਾਵਾਂ ਨੇ ਇੱਕ ਜੈਨੂਨ ਰੇਟ ਦੇ ਉੱਤੇ ਕੰਮ ਕੀਤਾ ਜਿਹਦੇ ਕਰਕੇ ਮਜ਼ਦੂਰ ਨੂੰ ਵੀ ਲੇਬਰ ਮਿਲੀ ਤੇ ਕਿਸਾਨ ਦਾ ਵੀ ਖਰਚਾ ਐਕਸਟਰਾ ਨਹੀਂ ਹੋਇਆ ਤਾਂ ਇਹ ਜਿਹੜੇ ਕਨਫਲੈਕਟ ਪੈਦਾ ਹੋ ਰਹੇ ਐ ਇਹਨਾਂ ਨੂੰ ਵੀ ਪੰਚਾਇਤ ਪੱਧਰ ਤੇ ਮਤੇ ਪਾ ਕੇ ਇਹਨਾਂ ਤੋਂ ਇਹਨਾਂ ਨੂੰ ਸੈਟਲ ਕਰਨਾ ਪਏਗਾ ਕਿਉਂਕਿ ਇਹੀ ਟਾਈਮ ਐ ਜੇ ਹੁਣ ਸੈਟਲ ਨਹੀਂ ਕਰੋਗੇ ਤਾਂ ਫਿਰ ਦੇਰ ਹੋ ਜਾਏਗੀ ਕਈ ਵਾਰੀ ਕਿਸਾਨ ਜਾਂ ਕੋਈ ਸ਼ਰਾਰਤੀ ਵਿਅਕਤੀ ਰੇਟ ਵਧਾ ਦਿੰਦੇ ਆ ਤੇ ਫਿਰ ਉਸ ਹਸਾਬ ਦੇ ਨਾਲ ਜਿਹੜਾ ਹੈਗਾ ਮਜ਼ਦੂਰ ਨੂੰ ਵੀ ਇਹ ਹੁੰਦਾ ਹੁਣ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀਗੀ ਕਿ ਹਰ ਇੱਕ ਪਰਿਵਾਰ ਦੇ ਨਾਲ ਇੱਕ ਦੋ ਮਜ਼ਦੂਰਾਂ ਦੇ ਪਰਿਵਾਰ ਕਿਸਾਨ ਪਰਿਵਾਰ ਦੇ ਨਾਲ ਜੁੜੇ ਹੁੰਦੇ ਆ ਜਿਹੜੇ ਕਿ ਇੱਕ ਦੂਜੇ ਦੇ ਵਿੱਚ ਫਰਕ ਨਹੀਂ ਕਰਦੇ ਪਰੰਤੂ ਉੱਥੇ ਮਹਿਸੂਸ ਹੁੰਦਾ ਹੈ ਕਿ ਯਾਰ ਫਲਾਨਾ 8000 ਲਈ ਜਾਂਦਾ ਤੇ ਮੈਂ 4000 ਤੇ ਕਿਉਂ ਕੰਮ ਕਰਾਂ ਅੰਦਰੋਂ ਆਤਮਾ ਜ਼ਰੂਰ ਦੁਖੀ ਹੁੰਦੀ ਹੈ ਤਾਂ ਇਸ ਕਰਕੇ ਇਹ ਤਿੰਨ ਪ੍ਰਕਾਰ ਦੇ ਜੇਕਰ ਮਤੇ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਪੰਪਵਾਉਣੇ ਹੋ ਵਾਧੇ ਹੋਏ ਠੇਕੇ ਵਾਪਸ ਮਨਰੇਗਾ ਮਜ਼ਦੂਰ ਦਾ ਖੇਤੀ ਦੇ ਵਿੱਚ ਝੋਨਾ ਲਾਉਣ ਲਈ ਵਰਤੋ ਅਤੇ ਖੇਤੀ ਦੇ ਪਰੰਪ੍ਰਤੀ ਜੋ ਲੇਬਰ ਹੈਗੀ ਹੈ ਉਹਦੇ ਰੇਟ ਤਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਜੇਕਰ ਤੁਸੀਂ ਕੰਟਰੋਲ ਕਰ ਲੈਨੇ ਹੋ ਤਾਂ ਤੁਹਾਡੀ ਕਿਸਾਨੀ ਵਧੀਆ ਤਰੀਕੇ ਨਾਲ ਚੱਲੇਗੀ ਮਜ਼ਦੂਰਾਂ ਨੂੰ ਵੀ ਮੈਂ ਦੱਸਣਾ ਚਾਹਣਾ ਹੈ ਕਿ ਇਹ ਮਹਾਮਾਰੀ ਪਤਾ ਨਹੀਂ ਕਿੰਨੀ ਦੇਰ ਤੱਕ ਚੱਲਣੀ ਹੈ ਆਪਾਂ ਪਿੰਡਾਂ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਤਾਂ ਜੇ ਸਾਥ ਦੇਵਾਂਗੇ ਤਾਂ ਹੀ ਆਪਾਂ ਇਸ ਬਿਮਾਰੀ ਦੇ ਨਾਲ ਲੜ ਸਕਾਂਗੇ ਕਿਸਾਨ ਖੁਸ਼ਹਾਲ ਹੋਏਗਾ ਤਾਂ ਮਜ਼ਦੂਰ ਵੀ ਖੁਸ਼ਹਾਲ ਹੋਵੇਗਾ